ਅਟੈਚ ਕਰਾਂਗੇ ਇੱਥੇ ਮਾਊਂਟ ਤੇ। ਜਿਨ੍ਹਾਂ ਨੂੰ ਮੋਟਰ ਵਲੌਗਸ ਵਗੈਰਾ ਦਾ ਸ਼ੌਂਕ ਆ, ਰਾਈਡ ਵਗੈਰਾ ਦਾ ਸ਼ੌਂਕ ਆ, ਉਹ ਕਰ ਸਕਦੇ ਹੋ। ਲੋਕਾਂ ਦਾ ਰਿਐਕਸ਼ਨ ਦੇਖਣਾ ਪੈਣਾ। ਵੋਇਸ ਬਹੁਤ ਸੋ ਹੋ ਰਹੀ ਹੋਵੇ ਰਿਕਾਰਡ, ਕੁਛ ਇਸ ਤਰ੍ਹਾਂ ਦਾ ਇੱਧਰੋਂ। ਚਲੋ ਬੈਠ ਜਾਓ, ਬਸ ਆ ਜਾ ਫਟਾਫਟ ਫਟਾਫਟ ਬੈਠ ਬੈਠ, ਚੋਰ ਆ ਜਾਏਗੇ। ਬਸ ਇਹ ਆ, ਜਿੰਨੇ ਵੀ ਕਰੀਬੀ ਨੇ ਨਾ ਥੋੜ੍ਹੇ ਜਿਹੇ, ਉਹਨਾਂ ਵੱਲੋਂ ਘੱਟ ਰਿਸਪੋਂਸ ਮਿਲਦਾ ਜਾ ਕੇ ਬੰਦੇ ਨੂੰ, ਉਮੀਦ ਥੋੜੀ ਜਿਆਦਾ ਹੁੰਦੀ ਆ। ਹੈਲੋ ਗਾਇਜ਼, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ, ਆਈ ਹੋਪ ਸੋ ਤੁਸੀਂ ਸਭ ਵਧੀਆ ਹੋਵੋਗੇ। ਸਵਾਗਤ ਹੈ ਤੁਹਾਡਾ ਨਿਊ ਫਰੈਸ਼ ਵਲੌਗ ਦੇ ਵਿੱਚ। ਤੇ ਬਾਕੀ ਵਲੌਗ ਹੁਣ ਤੱਕ ਤੁਸੀਂ ਦੇਖ ਚੁੱਕੇ ਹੋ ਵੀ ਆਪਾਂ ਪਹਿਲਾਂ ਆਪਣੇ ਵਲੌਗ ਦੇ ਵਿੱਚ ਪਾਰਸਲ ਆਇਆ ਸੀ, ਦੂਸਰੇ ਦੇ ਵਿੱਚ ਉਹ ਪਾਰਸਲ ਨੂੰ ਆਪਾਂ ਅਨਬੋਕਸ ਕੀਤਾ, ਤੇ ਤੀਸਰੇ ਵਲੌਗ ਦੇ ਵਿੱਚ ਹੁਣ ਤੁਸੀਂ ਦੇਖੋਗੇ ਵੀ ਜਿਵੇਂ ਆਪਾਂ ਮੋਟਰ ਵਲੌਗਸ ਕਰਦੇ ਹਾਂ ਉਹ ਕਰਕੇ ਦੇਖਦੇ ਹਾਂ, ਟਰਾਈ ਕਰਕੇ ਦੇਖਦੇ ਹਾਂ ਕਿ ਛੋਟੀ ਜਿਹੀ ਰਾਈਡ ਲੈ ਕੇ ਆਉਂਦੇ ਹਾਂ ਤੇ ਹੈਲਮੇਟ ਨੂੰ ਕਰਦੇ ਹਾਂ ਰੈਡੀ ਫਟਾਫਟ ਤੇ ਚੱਲਦੇ ਹਾਂ, ਜ਼ਿਆਦਾ ਦੇਰੀ ਨਾ ਕਰਦੇ ਹੋਏ ਵਲੌਗ ਨੂੰ ਕਰਦੇ ਹਾਂ ਕੰਟੀਨਿਊ। ਜਿਹੜੇ ਚੈਨਲ ਤੇ ਨਵੇਂ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਇਕਨ ਨੂੰ ਆਲ ਤੇ ਪ੍ਰੈਸ ਕਰ ਦਿਓ। ਤੇ ਇਧਰੋਂ ਤੁਹਾਨੂੰ ਥੋੜਾ ਜਿਹਾ ਕੁਛ ਅਲੱਗ ਲੱਗ ਰਿਹਾ ਹੋਣਾ, ਇਹ ਵੀ ਤੁਹਾਨੂੰ ਆਉਣ ਵਾਲੇ ਵਲੌਗਾਂ ਦੇ ਵਿੱਚ ਅੱਗੇ ਲੱਗ ਜੂ ਪਤਾ। ਇਧਰੋਂ ਆਪਾਂ ਸੋਫੇ ਵਗੈਰਾ ਸ਼ਿਫਟ ਕਰਦੇ ਨੇ ਬੈਠਕ ਦੇ ਵਿੱਚ। ਆ ਲਿਆ ਛੇਤੀ ਆ ਜਾ। ਲੋ ਵੀ ਗਾਈਸ, ਆ ਚੁੱਕਿਆ ਆਪਣਾ ਸੈਟਅਪ, ਇਹਨੂੰ ਕਰਦੇ ਹਾਂ ਪਹਿਲਾਂ ਸਾਫ ਫਿਰ ਇਹਨੂੰ ਕਰਦੇ ਹਾਂ ਰੈਡੀ। ਸੋ ਹਾਂਜੀ ਗਾਈਸ, ਹੁਣ ਆਪਣਾ ਮਤਲਬ ਆ ਜਿਹੜਾ ਸੀਗਾ ਇਹਦੇ ਲਈ ਆਪਾਂ ਨੇ ਸਪੈਸ਼ਲ ਕੋਈ ਮਾਈਕ ਵਗੈਰਾ ਨਹੀਂ ਲਿਆ ਜਿਹਦੇ ਵਿੱਚ ਵੋਇਸ ਰਿਕਾਰਡ ਹੋਊਗੀ। ਇਹ ਆਪਣੇ ਏਅਰਫੋਨਸ ਤੇ ਇਹ ਆ ਫੋਨ, ਤੇ ਆਪਾਂ ਇਹਨੂੰ ਇਹਦੇ ਨਾਲ ਅਟੈਚ ਕਰਾਂਗੇ, ਇਹਨੂੰ ਅਟੈਚ ਕਰਾਂਗੇ ਇੱਥੇ ਮਾਊਂਟ ਤੇ। ਸੋ ਗਾਈਸ, ਆਪਣਾ ਮਾਊਂਟ ਵਗੈਰਾ ਫੋਨ ਵਗੈਰਾ ਤੇ ਮਾਈਕ ਹੋ ਚੁੱਕਿਆ ਸੈੱਟ, ਤੇ ਇਹ ਆ ਏਅਰਫੋਨ, ਆਪਾਂ ਇੱਥੇ ਹੀ ਵੋਇਸ ਵਗੈਰਾ ਰਿਕਾਰਡ ਕਰਾਂਗੇ। ਹੁਣ ਦੇਖਦੇ ਹਾਂ ਕਿਵੇਂ ਦਾ ਰਹਿੰਦਾ ਕਿਵੇਂ ਦਾ ਨਹੀਂ ਐਕਸਪੀਰੀਅੰਸ। ਜਿਨ੍ਹਾਂ ਨੂੰ ਮੋਟਰ ਵਲੌਗਸ ਵਗੈਰਾ ਦਾ ਸ਼ੌਂਕ ਆ, ਰਾਈਡ ਵਗੈਰਾ ਦਾ ਸ਼ੌਂਕ ਆ, ਉਹ ਕਰ ਸਕਦੇ ਹੋ। ਤੇ ਚਲੋ ਹੁਣ ਜ਼ਿਆਦਾ ਦੇਰੀ ਨਾ ਕਰਦੇ ਹੋਏ ਰਾਈਡ ਕਰਦੇ ਹਾਂ ਆਪਣੀ ਸਟਾਰਟ, ਤੇ ਚਲੋ ਚੱਲਦੇ ਹਾਂ। ਸੋ ਚਲੋ ਗਾਈਸ, ਹੁਣ ਚੱਲਦੇ ਹਾਂ, ਜ਼ਿਆਦਾ ਦੇਰੀ ਨਾ ਕਰਦੇ ਹੋਏ ਵਲੌਗ ਨੂੰ ਕਰਦੇ ਹਾਂ ਸਟਾਰਟ, ਕੁਛ ਇਸ ਤਰ੍ਹਾਂ ਦਾ ਲੱਗ ਰਿਹਾ। ਚਲੋ ਚੱਲੀਏ, ਆਇਓ ਫਿਰ ਲੈ 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 ਲੈ। ਮੈਨੂੰ ਨਹੀਂ ਪਤਾ ਗਾਈਸ ਕਿਵੇਂ ਬਣ ਰਹੀ ਹੈ ਵੀਡੀਓ ਕਿਵੇਂ ਨਹੀਂ, ਤੇ ਚਲੋ ਚੱਲਦੇ ਹਾਂ। ਉੱਧਰ ਗੇਟ ਹੋ, ਬੈਠ ਜਾ ਫਟਾਫਟ, ਰੱਖ ਰੱਖੀ ਇੱਧਰ, ਆ ਦੇਣ ਚੱਲਿਆ ਗਾਈਸ ਕੱਪੜੇ ਫਿਰ ਤੋਂ ਕਾਫੀ ਕੱਢੇ ਜੀ, ਐਡਜਸਟ ਕਰ ਲਿਓ ਪਹਿਲੀ ਰਾਈਡ, ਕੋਈ ਕਮੀ ਪੇਸ਼ੀ ਹੋਈ ਤਾਂ ਦੱਸ ਦਿਓ। ਲੋਕਾਂ ਦਾ ਰਿਐਕਸ਼ਨ ਦੇਖਣਾ ਪੈਣਾ। ਆਈ ਡੋਂਟ ਨੋ, ਆਈ ਡੋਂਟ ਨੋ। ਆਵਾਜ਼ ਦਾ ਵੀ ਨਹੀਂ ਪਤਾ ਹੋਣਾ ਮੈਨੂੰ ਕਿਵੇਂ ਆ ਰਹੀ ਵੋਇਸ, ਬਹੁਤ ਸੋ ਹੋ ਰਹੀ ਹੋਵੇ ਰਿਕਾਰਡ, ਕੁਛ ਇਸ ਤਰ੍ਹਾਂ ਦਾ ਇੱਧਰੋਂ ਦੱਸਦੇ। ਬਾਕੀ ਹੁਣ ਇੱਕ ਵੀਡੀਓ ਬਣਾਉਣ ਤੋਂ ਬਾਅਦ ਪਤਾ ਚੱਲੂਗਾ ਕਿੱਥੇ ਮੈਂ ਉਹਨੂੰ ਸੈੱਟ ਕਰਨਾ।
ਕਰਾਂਗੇ ਗਾਈਜ਼ ਹੌਲੀ ਹੌਲੀ ਸਟਾਰਟ ਯਾਰ, ਬਾਕੀ ਰਾਈਡਿੰਗ ਗੇਅਰ ਵੀ ਮੇਰੇ ਕੋਲ ਘੱਟ ਗਈ ਹੈ। ਬਾਕੀ ਗਾਈਜ਼ ਇਹ ਨਾ ਮੈਂ ਦਰਅਸਲ ਤਾਂ ਯਾਰ ਪਰਚੇਜ਼ ਕੀਤਾ ਸੀਗਾ ਮਾਊਂਟ, ਤੁਹਾਨੂੰ ਪਤਾ ਹੀ ਆ ਜੇ ਇਕੱਲੇ ਬੰਦੇ ਨੇ ਕਿਤੇ ਆਉਣਾ ਜਾਣਾ ਹੋਵੇ ਲੋਕਾਂ ਨੂੰ ਮਸਲੇ ਰੋਡ ਕਰੋਸ ਕਰਨ ਪਿੱਛੇ ਕੱਪੜੇ ਆ ਲੈ ਲੋਗੇ ਚਲੋ ਬੈਠ ਜਾਓ, ਬਸ ਇੰਨਾ ਕੰਮ ਸੀ। ਚਲੋ ਹੁਣ ਚੱਲਦੇ ਹਾਂ ਬੈਕ 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 ਬਹੁਤ ਹੀ ਸੇਫਲੀ ਚੱਲਣਾ ਪੈਂਦਾ ਇੱਥੇ, ਰਾਈਡ ਕਰਨੀ ਕੱਲੀ ਕਹਿਣੀ ਸੌਖੀ ਨਹੀਂ ਕਰਨੀ ਬਹੁਤ ਅੱਛੀ ਹੈ। ਉੱਧਰ ਤਾਂ ਬਸ ਸਪੀਡ ਆ ਨਾ ਜਿਹੜੀ R15 ਦੀ ਨਿੰਜਾ ਬਾਈਕਸ ਦੀ KTM ਦੀ ਉਹ ਸਪੀਡ ਦੇ ਪਿੱਛੇ ਪਾਗਲ ਆ, ਔਰ ਰੀਲਸ ਵਗੈਰਾ ਤੁਹਾਨੂੰ ਪਤਾ ਹੀ ਚੱਲਦੀਆਂ ਰਹਿੰਦੀਆਂ ਨੇ, ਮੈਂ ਜ਼ਿਆਦਾਤਰ ਤਾਂ ਉਹ ਵੀ ਦੇਖਦਾ ਹੁੰਦਾ, ਪਾਪਾ ਨੂੰ ਮੇਰੀਆਂ ਚਾਰਾਂ ਜੀ ਵਾਲੀਆਂ ਰੀਲਾਂ ਦਾ ਸ਼ੌਂਕ ਕਿੰਨੀ ਸਪੀਡ 'ਤੇ ਆਉਂਦੀਆਂ ਵੱਡੀਆਂ ਦੇਖ ਕੇ ਰੋਡ ਕਰੋਸ ਕਰਕੇ ਫਿਰ ਆਪਣਾ ਸੇਫ ਫੋਟੋ ਤਾਂ ਲੈ ਲੇ। ਰੁਕ ਜਾ ਰੁਕ ਜਾ ਰੁਕ ਜਾ ਬੈਠਾ ਰਹਿ ਤੂੰ। ਰੁਦਰੀ ਇਹ ਕੀ ਯਹਾਂ ਸੇ ਖੀਚੀਏ ਉਹ ਪੀਲੇ ਸੇ ਪੈਪ ਕੇ ਪਾਸ ਸੇ, ਯੇ ਪੀਲੇ ਸੇ ਜਲਦੀ ਖੀਚ ਦੇ ਕੋਈ ਆ ਜਾਏਗਾ ਚੋਰ ਚੂਰ। ਕਿਆ ਬੋਲਾ ਤੂੰ ਮੇਰੀ ਪਿੱਛੇ ਸੇ ਬਸ ਫਟਾਫਟ ਫਟਾਫਟ ਬੈਠ ਬੈਠ ਚੋਰ ਆ ਜਾਏਂਗੇ। ਚਲੋ 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 ਚੋਰ ਬਹੁਤ ਆਈਆਂ ਵੇ, ਦੋਨੋਂ ਫੋਨ ਲੈ ਜਾਏਂਗੇ। ਚਲੋ ਬਾਈ ਹੁਣ ਕੰਮ ਲਈ ਫੋਟੋ ਵਗੈਰਾ ਕਲਿੱਕ ਕਰਵਾਏ ਤੁਹਾਡੀ ਕਿਵੇਂ ਹੋਈ ਆ ਕਿਵੇਂ ਨਹੀਂ, ਬਸ ਵੋਇਸ ਰਿਕਾਰਡ ਹੋ ਗਈ ਹੋਵੇ ਥੋੜ੍ਹੀ ਜਿਹੀ ਕਲੀਅਰ ਲੱਗ ਪਾਤੀ ਵੀਡੀਓ। ਬਸ ਐਂ ਆ ਜਿੰਨੇ ਵੀ ਕਰੀਬੀ ਨੇ ਨਾ ਥੋੜ੍ਹੇ ਜਿਹੇ ਉਹਨਾਂ ਵੱਲੋਂ ਘੱਟ ਰਿਸਪੋਂਸ ਮਿਲਦਾ, ਜਦ ਕਿ ਬੰਦੇ ਉਸਦੀ ਉਮੀਦ ਥੋੜ੍ਹੀ ਜਿਹੀ ਜ਼ਿਆਦਾ ਹੁੰਦੀ ਆ, ਉਹਦਾ ਨਾ ਆਪਣੇ ਆਪਣੇ ਦੇਖ ਕੇ ਨਹੀਂ ਜਾਣਦੇ ਉਹ ਸਾਨੂੰ ਇੱਕ ਤਾਂ ਹੁੰਦਾ ਬੰਦਾ ਕਿਸੇ ਨੂੰ ਸਪੋਰਟ ਕਰੇ ਉਹ ਕੰਮ ਇੱਥੇ ਨਹੀਂ ਗਾ, ਮਨੂ ਆ ਗਿਆ ਮਨੂ ਹਾਂਜੀ ਗਾਈਸ ਪਹੁੰਚ ਚੁੱਕੇ ਆਪਾਂ ਘਰੇ, ਰਾਈਡ ਲਿਆ ਥੋੜ੍ਹੀ ਥੋੜ੍ਹੀ ਮੈਂ ਚੈੱਕ ਕੀਤਾ ਵਾ ਹੁਣ ਵੀਡੀਓ ਦੇ ਵਿੱਚ ਹਵਾ ਦੀ ਥੋੜ੍ਹੀ ਪ੍ਰੋਬਲਮ ਆ ਰਹੀ ਆ,
ਵੀ ਜੇ ਮੈਂ ਕੁਛ ਬੋਲ ਰਹੇ ਸੀਗੇ ਉਹ ਥੋੜਾ ਘੱਟ ਸੁਣਾਈ ਦੇ ਰਿਹਾ ਗਾ, ਤੁਸੀਂ ਕਰ ਲਿਓ ਐਡਜਸਟ, ਅਗਲੀ ਵਾਰ ਥੋੜਾ ਇੰਪਰੂਵਮੈਂਟ ਕਰਾਂਗੇ। ਹੁਣ ਇਹ ਤਾਂ ਗਾਈਜ਼ ਆਪਾਂ ਨੂੰ ਇੱਕ ਰਾਈਡ ਲੈਣ ਤੋਂ ਬਾਅਦ ਹੀ ਕਮੀਆਂ ਪੇਸ਼ੀਆਂ ਪਤਾ ਲੱਗਣੀਆਂ ਸੀ ਕੀ ਨੇ ਵੀਡੀਓ ਦੇ ਵਿੱਚ। ਇੱਕ ਮੈਂ ਉਹਦੇ ਫੋਨ ਦੀ ਲਾਈਟ ਫੁੱਲ ਕਰਨਾ ਭੁੱਲ ਗਿਆ ਸੀ, ਉਹਦੇ ਕਰਕੇ ਵੀ ਥੋੜੀ ਵੀਡੀਓ, ਪਰ ਵੀਡੀਓ ਕੁਆਲਿਟੀ ਦੇ ਵਿੱਚ ਨਹੀਂ ਕੋਈ ਫਰਕ ਆਇਆ। ਬਸ ਇੱਦਾਂ ਹੈ ਵੀ ਥੋੜਾ ਜਿਹਾ ਹੋਰ ਲਾਈਟ ਤੇਜ਼ ਕਰ ਦਿੰਦੇ ਫੋਨ ਦੀ ਵਧੀਆ ਆਉਂਦੀ ਕੁਆਲਿਟੀ, ਤੇ ਬਾਕੀ ਮਾਈਕ ਦਾ ਥੋੜਾ ਜਿਹਾ ਆਪਾਂ ਨੂੰ ਦੇਖਣਾ ਪੈਣਾ ਗਾ, ਜੇ ਆਪਾਂ ਦੂਸਰੇ ਮਾਈਕ ਯੂਜ਼ ਕਰਾਂਗੇ ਉਹ ਵੀ ਚੱਲ ਜਾਣਗੇ, ਬਾਕੀ ਦੇਖਦੇ ਹਾਂ ਹੌਲੀ ਹੌਲੀ। ਬਾਕੀ ਇਹਦੇ ਵਿੱਚ ਤਾਂ ਮੈਨੂੰ ਆਹੀ ਮੇਨ ਲੱਗਿਆ ਗਾ ਵੀ ਵੋਇਸ ਦਾ ਥੋੜਾ ਜਿਹਾ ਦੇਖਣਾ ਪੈਣਾ ਕੰਮ, ਤੇ ਬਾਕੀ ਚਲੋ ਕਰਦੇ ਹਾਂ।